मैं रणजीत स्वागत करती हाँ थोड़ा प्रोग्राम कानूनी सलाह दे विच। दर्शकों असी बाजार दे विचों बहुत सारियां चीज़ां अपने घर दे वास्ते खरीद के लियांदे आ, चाहे वह गुड्स होन बेशक वह सर्विसिज होन, पर कई बार साडे नाल धोखा हो जाता। असी मार्केट चों कोई चीज़ खरीद के लियांदे आ, उहदी प्रॉपर भरपाई करदे आ, प्रॉपर उहदा बिल बना के लैके आउंदे आ, पर कई बार वह जदों घरे लिया के वेखदे आ तां उस चीज़ दे विच कोई ना कोई त्रुटि पेश आउंदी आ, कोई कमी रह जाती है। तो फिर किस तरह असी अपने पैसे की भरपाई करनी है, अपनी कीमत वसूलनी है और किस तरह अपना इंसाफ प्राप्त करना है, इस दे बारे साडे नाल अज गलबात करन दे लई पहुंचे ने डॉक्टर बी सी गुप्ता जी, जिहड़े कि IAS ऑफिसर रहे ने और हिंदुस्तान दे विच वख-वख पोस्टां ते तैनात भी रहे ने, पंजाब होम सैकटरी, हिंदुस्तान फूड सैकटरी और नैशनल कंज्यूमर कमीशन दे विच उन्होंने लगभग 6 वरी काम किया। डॉक्टर साहब थोड़ा बहुत बहुत स्वागत है साडे स्टूडियो दे विच। ते डॉक्टर साहब सब तो पहला असीं थोड़े तो यह जानना चाहवांगे कि उपभोक्ता नूं इंसाफ दवाउण दे वास्ते, उपभोक्ता की सहूलत दे लई बहुत सारे उसनूं राइट मिले ने, अधिकार मिले ने और वख-वख कोर्ट भी इस्टैबलिश होए ने जिस दे विच ओह जाके अपने लिए इंसाफ कर सकदा। ते असीं थोड़े तो यह जानना चाहवांगे कि ਕਿਹੜੀਆਂ-ਕਿਹੜੀਆਂ ਉਹ ਅਦਾਲਤਾਂ ਨੇ ਜਾਂ ਕਿਹੜੀਆਂ-ਕਿਹੜੀਆਂ ਉਹ ਥਾਵਾਂ ਨੇ ਜਿੱਥੇ ਜਾ ਕੇ ਉਪਭੋਗਤਾ ਆਪਣੀ ਐਪਲੀਕੇਸ਼ਨ ਦਰਜ ਕਰਵਾ ਸਕਦਾ ਹੈ, ਆਪਣੇ ਦੇ ਲਈ ਕੋਈ ਇਨਸਾਫ ਦੀ ਮੰਗ ਕਰ ਸਕਦਾ ਹੈ। ਤੁਸੀਂ ਠੀਕ ਦੱਸਿਆ ਹੈ ਕਿ ਕੰਜ਼ਿਊਮਰ ਦੇ ਰਾਈਟਸ ਦੀ ਰਾਖੀ ਕਰਨ ਵਾਸਤੇ, ਉਹਨਾਂ ਨੂੰ ਇਨਸਾਫ ਦੇਣ ਵਾਸਤੇ ਸਾਡੇ ਮੁਲਕ ਦੇ ਵਿੱਚ ਸਪੈਸ਼ਲ ਕੋਰਟ ਅਸਟੈਬਲਿਸ਼ ਕੀਤੇ ਗਏ ਹਨ। ਪਿਛੋਕੜ ਦੇ ਤੌਰ 'ਤੇ ਮੈਂ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ ਹਾਂ ਕਿ ਕੰਜ਼ਿਊਮਰ ਕੋਰਟਸ ਦਾ ਜਿਹੜਾ ਢਾਂਚਾ ਹੈ ਜੀ, ਇਹ UNO ਨੇ ਪਹਿਲਾਂ ਇੱਕ ਮਤਾ ਪਾਸ ਕੀਤਾ ਸੀ ਜੀ 1985 ਦੇ ਵਿੱਚ। UNO ਦੀ ਜਨਰਲ ਅਸੈਂਬਲੀ ਨੇ ਮਤਾ ਪਾਸ ਕਰਕੇ ਕਿਹਾ ਸੀ ਕਿ ਕੰਜ਼ਿਊਮਰ ਦੇ ਹੱਕਾਂ ਦੀ ਰਾਖੀ ਕਰਨ ਲਈ ਉਹਨਾਂ ਨੂੰ ਫੌਰੀ ਤੌਰ 'ਤੇ ਇਨਐਕਸਪੈਂਸਿਵ ਇਨਸਾਫ ਦੇਣ ਵਾਸਤੇ ਕਾਨੂੰਨ ਬਣਾਏ ਜਾਣ। ਉਸ ਮਤੇ ਨੂੰ ਮੁੱਖ 'ਚ ਰੱਖਦੇ ਹੋਏ ਸਾਡੇ ਮੁਲਕ ਦੇ ਵਿੱਚ 1986 ਦੇ ਵਿੱਚ ਸਪੈਸ਼ਲ ਕਾਨੂੰਨ ਬਣਾਇਆ ਗਿਆ ਜਿਸ ਦਾ ਨਾਂ ਹੈ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 1986। ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਮੁਲਕਾਂ ਦੇ ਵਿੱਚ ਕਾਨੂੰਨ ਬਣੇ ਹਨ। ਮੋਟੀ ਗੱਲ ਇਹ ਹੈ ਕਿ ਇਸ ਕਾਨੂੰਨ ਦੇ ਤਹਿਤ ਕੰਜ਼ਿਊਮਰ ਕੋਰਟਸ ਦੀ ਸਥਾਪਨਾ ਕੀਤੀ ਗਈ ਹੈ। 3 ਪੜਾਅ ਦੇ ਉੱਤੇ ਕੋਰਟਸ ਹਨ। ਸਭ ਤੋਂ ਪਹਿਲਾਂ ਹਰ ਜ਼ਿਲ੍ਹੇ ਦੇ ਵਿੱਚ ਇੱਕ ਡਿਸਟ੍ਰਿਕਟ ਕੰਜ਼ਿਊਮਰ ਫੋਰਮ ਉਸਨੂੰ ਕਹਿੰਦੇ ਹਨ। ਉਸਦਾ ਹੈੱਡ ਇੱਕ ਸੈਸ਼ਨ ਜੱਜ ਦੇ ਰੈਂਕ ਦਾ ਅਫਸਰ ਉਹ ਹੁੰਦਾ ਹੈ। ਉਸ ਦੇ ਉੱਪਰ ਹਰ ਸਟੇਟ ਦੇ ਵਿੱਚ ਔਰ ਯੂਨੀਅਨ ਟੈਰੀਟਰੀ ਦੇ ਵਿੱਚ ਇੱਕ ਸਟੇਟ ਕਮਿਸ਼ਨ ਹੁੰਦਾ ਹੈ ਜਿਸ ਦੇ ਪ੍ਰਧਾਨਗੀ ਇੱਕ ਹਾਈ ਕੋਰਟ ਦੇ ਰਿਟਾਇਰਡ ਜੱਜ ਉਹ ਕਰਦੇ ਹਨ। ਨੈਸ਼ਨਲ ਲੈਵਲ 'ਤੇ ਨੈਸ਼ਨਲ ਕੰਜ਼ਿਊਮਰ ਕਮਿਸ਼ਨ ਹੈ ਜਿਸ ਦਾ ਮੈਂ ਮੈਂਬਰ ਰਿਹਾ 5.5 ਸਾਲ, ਔਰ ਉੱਥੇ 6 ਜੁਡੀਸ਼ਲ ਮੈਂਬਰ ਹਨ, 6 ਨੋਨ ਜੁਡੀਸ਼ਲ ਮੈਂਬਰ ਹਨ। ਤਾਂ ਇਸ ਤਰ੍ਹਾਂ ਇਹ ਨੈਸ਼ਨਲ ਕੋਰਟ ਹੈ ਔਰ ਜਿਹੜੇ ਫੈਸਲੇ ਇੱਥੇ ਕੀਤੇ ਜਾਂਦੇ ਹਨ ਇਹਨਾਂ ਸਾਰਿਆਂ ਦੀ ਅਪੀਲ ਜਿਹੜੀ ਹੈ ਨੈਸ਼ਨਲ ਕੋਰਟ ਦੀ ਅਪੀਲ ਜਿਹੜੀ ਹੈ ਉਹ ਮਾਣਯੋਗ ਸੁਪਰੀਮ ਕੋਰਟ ਤੱਕ ਜਾਂਦੀ ਜੀ। ਨੈਸ਼ਨਲ ਕੰਜ਼ਿਊਮਰ ਕਮਿਸ਼ਨ ਦੇ ਵਿੱਚ ਤੁਸੀਂ ਲਗਭਗ 5.5 ਵਰੇ ਕੰਮ ਕੀਤਾ, ਅਤੇ ਕਿਸ ਤਰ੍ਹਾਂ ਦੇ ਇਸ ਕਮਿਸ਼ਨ ਦੇ ਅੰਡਰ ਕੇਸ ਆਉਂਦੇ ਨੇ? ਮੈਂ ਇਹ ਦੱਸਣਾ ਚਾਹੁੰਦਾ ਹਾਂ ਪਹਿਲਾਂ ਜਿਹੜੇ ਇਹ 3 ਪੜਾਅ ਦੇ ਉੱਤੇ ਕੋਰਟਸ ਹਨ ਜੀ, ਜਿੱਥੇ 20 ਲੱਖ ਤੱਕ ਦਾ ਮਾਮਲਾ ਹੋਵੇ ਜੀ ਉੱਥੇ ਕੰਜ਼ਿਊਮਰ ਨੂੰ ਜ਼ਿਲ੍ਹੇ ਕੋਰਟ ਦੇ ਵਿੱਚ ਜਾਣਾ ਪੈਂਦਾ ਹੈ। ਜਿੱਥੇ 20 ਲੱਖ ਤੋਂ 1 ਕਰੋੜ ਦਾ ਮਾਮਲਾ ਹੋਵੇ ਉੱਥੇ ਸਟੇਟ ਕਮਿਸ਼ਨ ਦੇ ਕੋਲ ਜਾਣਾ ਪੈਂਦਾ ਹੈ। 1 ਕਰੋੜ ਤੋਂ ਉੱਪਰ ਜਿਹੜੀ ਜੁਰਿਸਡਿਕਸ਼ਨ ਹੈ ਉਹ ਸਾਡੇ ਨੈਸ਼ਨਲ ਕਮਿਸ਼ਨ ਦੀ ਹੈ, ਔਰ ਇਸ ਦੇ ਨਾਲ ਹੀ ਜਿਹੜੀਆਂ ਅਪੀਲਾਂ ਹਨ, ਜ਼ਿਲ੍ਹੇ ਦੇ ਕੋਰਟ ਦੀ ਅਪੀਲ ਸਟੇਟ 'ਚ ਆਉਂਦੀ ਹੈ, ਸਟੇਟ ਦੀ ਨੈਸ਼ਨਲ ਕੋਰਟ 'ਚ ਆਉਂਦੀ ਹੈ, ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਆਉਂਦੀ ਹੈ। ਸੋ ਇਸ ਤਰ੍ਹਾਂ ਇਹ ਢਾਂਚਾ ਬਣਿਆ ਹੋਇਆ ਹੈ। ਹੁਣ ਜਿੱਥੋਂ ਤੱਕ ਇਸ ਗੱਲ ਦਾ ਸਵਾਲ ਹੈ ਕਿਸ ਤਰ੍ਹਾਂ ਦੇ ਕੇਸ ਆਉਂਦੇ ਹਨ ਜੀ, ਉੱਥੇ ਮੈਂ ਇਹ ਦੱਸਣਾ ਚਾਹੁੰਦਾ ਹਾਂ ਕੰਜ਼ਿਊਮਰ ਦੀ ਇੱਕ ਪਰਿਭਾਸ਼ਾ ਹੈ ਜੀ, ਉਹ ਪਰਿਭਾਸ਼ਾ ਦੇ ਤਹਿਤ ਗੁੱਡਸ ਐਂਡ ਸਰਵਿਸਿਜ਼ ਜੀ ਇਹ 2 ਵੱਡੀਆਂ ਕੈਟੇਗਰੀਜ਼ ਇਹ ਡਿਫਾਈਨ ਕੀਤੀਆਂ ਗਈਆਂ ਹਨ। ਜਿੱਥੇ ਤੁਸੀਂ ਕੋਈ ਗੁੱਡਸ ਖਰੀਦਿਆ ਉਹਦੇ ਵਿੱਚ ਤੁਹਾਨੂੰ ਕੋਈ ਡਿਫੈਕਟ ਨਿਕਲ ਗਿਆ ਜੀ, ਜਾਂ ਤੁਸੀਂ ਕੋਈ ਸਰਵਿਸ ਅਵੇਲ ਕੀਤੀ ਹੈ, ਮੰਨ ਲਓ ਤੁਸੀਂ ਬੈਂਕ ਤੋਂ ਲੋਨ ਲਿਆ ਹੈਗਾ ਜੀ, ਤੇ ਤੁਸੀਂ ਕਿਸੇ ਰੈਸਟੋਰੈਂਟ 'ਚ ਰੋਟੀ ਖਾਣੀ ਗਏ ਹੋ ਜੀ, ਤੁਸੀਂ ਏਅਰਲਾਈਨ 'ਚ ਟਰੈਵਲਰ ਹੋ ਬਿਲਕੁਲ, ਤੁਸੀਂ ਕਿਸੇ ਪ੍ਰਾਈਵੇਟ ਹਸਪਤਾਲ ਸਰਕਾਰੀ ਹਸਪਤਾਲ ਤੋਂ ਜੀ ਬਤੌਰ ਪੇਸ਼ੈਂਟ ਇਲਾਜ ਕਰਾਇਆ ਹੈ ਜੀ, ਸਾ ਉਹ ਉੱਥੇ ਤੁਸੀਂ ਕੰਜ਼ਿਊਮਰ ਦੀ ਪਰਿਭਾਸ਼ਾ ਦੇ ਵਿੱਚ ਆਉਂਦੇ ਹਾਂ ਜੀ, ਤੇ ਉਹ ਸਾਡੇ ਲਾਅ ਦੇ ਵਿੱਚ ਇਹ ਲਫ਼ਜ਼ ਹੈ ਡੈਫੀਸ਼ੀਐਂਸੀ ਇਨ ਸਰਵਿਸ ਜੀ। ਸੋ ਜੇ ਕਿਤੇ ਡੈਫੀਸ਼ੀਐਂਸੀ ਇਨ ਸਰਵਿਸ ਹੋਵੇ ਜੀ ਜਾਂ ਗੁੱਡਸ ਦੇ ਵਿੱਚ ਡਿਫੈਕਟ ਹੋਵੇ ਜੀ, ਤੁਸੀਂ ਕੰਜ਼ਿਊਮਰ ਬਣ ਕੇ
ਤੁਸੀਂ ਕਿਸੇ ਵੀ ਕੋਰਟ ਦਾ ਦਰਵਾਜ਼ਾ ਖਟਖਟਾ ਸਕਦੇ ਹੋ। ਸਰ, ਜਦੋਂ ਕਿਸੇ ਆਮ ਇਨਸਾਨ ਨੇ ਜਾਂ ਉਪਭੋਗਤਾ ਨੇ ਕੋਈ ਸ਼ਿਕਾਇਤ ਦਰਜ ਕਰਵਾਉਣੀ ਹੈ ਤਾਂ ਉਹ ਕਿਵੇਂ ਕਰਵਾ ਸਕਦਾ, ਕਿ ਇਸ ਦੇ ਲਈ ਵੀ ਵਕੀਲ ਦੀ ਜ਼ਰੂਰਤ ਪੈਂਦੀ ਹੈ? ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਜਿਹੜੇ ਕੰਜ਼ੂਮਰ ਹਨ ਉਹ ਇਹਨਾਂ ਕੋਰਟਾਂ ਨੂੰ ਜਦੋਂ ਅਪਰੋਚ ਕਰਦੇ ਹਨ ਜੀ, ਉਹ ਵਕੀਲ ਦੇ ਰਾਹੀਂ ਹੀ ਕਰਦੇ ਹਨ ਜੀ। ਪਰ ਮੈਂ ਇਹ ਸਭ ਦੀ ਜਾਣਕਾਰੀ ਵਾਸਤੇ ਦੱਸਣਾ ਚਾਹੁੰਦਾ ਹਾਂ, ਸਨ 2015 ਦੇ ਵਿੱਚ ਅਸੀਂ ਇੱਕ ਸਪੈਸ਼ਲ ਰੈਗੂਲੇਸ਼ਨ ਬਣਾ ਕੇ ਨੋਟੀਫਾਈ ਕੀਤੇ ਹਨ, ਜਿਹਦੇ ਅਨੁਸਾਰ ਇਹ ਦੱਸਿਆ ਗਿਆ ਹੈ ਕਿ ਕੰਜ਼ਿਊਮਰ ਨੂੰ ਇਹਨਾਂ ਕੋਰਟਾਂ 'ਚ ਆਉਣ ਵਾਸਤੇ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਉਹ ਵਕੀਲ ਕਰਕੇ ਹੀ ਆਵੇ। ਜੇ ਕੋਈ ਸਿੱਧਾ ਵੀ ਆਵੇ ਜਾਂ ਬਾਈ ਪੋਸਟ ਵੀ ਕੋਈ ਐਪਲੀਕੇਸ਼ਨ ਭੇਜੇ ਤਾਂ ਕੋਰਟ ਦਾ ਫਰਜ਼ ਬਣਦਾ ਹੈ ਕਿ ਉਸ 'ਤੇ ਗੌਰ ਕਰੇ ਔਰ ਉਹਦੇ ਵਿੱਚ ਅਗਲੀ ਕਾਰਵਾਈ ਕਰੇ। ਸਰ, ਕੰਜ਼ਿਊਮਰ ਨੇ ਜੇਕਰ ਇਨਸਾਫ਼ ਪ੍ਰਾਪਤ ਕਰਨਾ ਤਾਂ ਉਹਦੇ ਵਾਸਤੇ ਕੋਈ ਸਪੈਸ਼ਲ ਅਦਾਲਤਾਂ ਨੇ ਜਾਂ ਜਿਹੜੀਆਂ ਸਾਡੇ ਡਿਸਟ੍ਰਿਕਟ ਕੋਰਟਸ ਜਾਂ ਸਪੈਸ਼ਲ ਕੋਰਟਸ ਹੁੰਦੇ ਨੇ ਉਹਨਾਂ ਦੇ ਵਿੱਚ ਹੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ? ਜੋ ਮੈਂ ਇਹ ਦੱਸਿਆ ਹੈ ਕਿ ਜਿਹੜਾ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਹੈ ਜੀ, ਇਹਦੇ ਤਹਿਤ ਜਿਹੜੇ ਕੰਜ਼ਿਊਮਰ ਕੋਰਟ ਬਣੇ ਹਨ ਜੀ, ਮੈਂ ਇਹਨਾਂ ਨੂੰ ਸਪੈਸ਼ਲ ਅਦਾਲਤਾਂ ਹੀ ਕਹਿੰਦਾ ਹਾਂ ਜੀ। ਪਰ ਇਸ ਦੇ ਨਾਲ ਨਾਲ ਜਿਹੜੀ ਜੁਰਿਸਡਿਕਸ਼ਨ ਹੁੰਦੀ ਹੈ, ਰਿਟ ਜੁਰਿਸਡਿਕਸ਼ਨ ਜੀ, ਹਾਈ ਕੋਰਟ ਦੀ ਹੁੰਦੀ ਹੈ, ਸੁਪਰੀਮ ਕੋਰਟ ਦੀ ਹੁੰਦੀ ਹੈ ਜੀ, ਤਾਂ ਉਹ ਚੀਜ਼ ਉਸੇ ਤਰ੍ਹਾਂ ਕਾਇਮ ਹੈ ਜੀ। ਪਰ ਇੱਕ ਕੰਜ਼ਿਊਮਰ ਨੂੰ ਜਲਦੀ ਇਨਸਾਫ ਦਵਾਉਣ ਵਾਸਤੇ ਬਿਲਕੁਲ ਉਸਨੂੰ ਉਹਦਾ ਹੱਕ ਰੱਸੀ ਜਲਦੀ ਹੋ ਜਾਵੇ ਜੀ, ਤਾਂ ਉਹ ਫਿਰ ਇਹਨਾਂ ਅਦਾਲਤਾਂ ਦਾ ਫਰਜ਼ ਬਣਦਾ ਹੈ ਕਿ ਇਹਨਾਂ ਦੀ ਬੈਟਰ ਪ੍ਰੋਟੈਕਸ਼ਨ ਹੋਵੇ। ਇਹ ਸਾਡੇ ਪ੍ਰੀਐਂਬਲ 'ਚ ਲਿਖਿਆ ਹੋਇਆ ਜੀ ਕਿ ਅਸੀਂ ਕੰਜ਼ਿਊਮਰ ਦੀ ਬੈਟਰ ਪ੍ਰੋਟੈਕਸ਼ਨ ਕਰਨੀ ਹੈ ਜੀ, ਅਤੇ ਕੰਜ਼ਿਊਮਰ ਨੂੰ ਜਲਦੀ ਇਨਸਾਫ ਦਵਾਉਣਾ ਹੈ ਜੀ। ਅਤੇ ਕਹਿੰਦੇ ਨੇ ਕਿ ਗੱਲ ਕੀਤੀ ਸੀ ਤੁਸੀਂ 1986 ਦੇ ਐਕਟ ਦੀ, ਕਿ ਉਸ ਐਕਟ ਦੇ ਵਿੱਚ ਕੋਈ ਸੁਧਾਰ ਹੋਇਆ, ਕੋਈ ਸੋਧ ਵੀ ਹੋਈ ਨਵੀਂ? ਸਮੇਂ ਸਮੇਂ 'ਤੇ ਉਹਦੇ ਵਿੱਚ ਤਰਮੀਮਾਂ ਚੱਲਦੀਆਂ ਆ ਰਹੀਆਂ ਹਨ ਜੀ, ਪਰ ਮੈਂ ਇਹ ਜਾਣਕਾਰੀ ਵਾਸਤੇ ਦੱਸਣਾ ਚਾਹੁੰਦਾ ਹਾਂ ਜੀ, ਮੈਂ UNO ਦੇ ਮਤੇ ਦੀ ਗੱਲ ਕੀਤੀ ਹੈ ਜੀ। UNO ਦੀ ਜਨਰਲ ਅਸੈਂਬਲੀ ਨੇ ਜੀ ਸਨ 2015 ਦੇ ਵਿੱਚ, ਦਸੰਬਰ 2015 ਦੇ ਵਿੱਚ ਇੱਕ ਨਵਾਂ ਮਤਾ ਪਾਸ ਕੀਤਾ ਜਿਹਦੇ ਵਿੱਚ ਹੋਰ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਕੰਜ਼ਿਊਮਰ ਦੇ ਹੱਕਾਂ ਦੀ ਰਖਵਾਲੀ ਜਿਹੜੀ ਹੈ ਹੋਰ ਅਸਰਦਾਰ ਢੰਗ ਨਾਲ ਕੀਤੀ ਜਾਵੇ ਅਤੇ ਉਹਨਾਂ ਨੂੰ ਜਲਦੀ ਇਨਸਾਫ ਦਿੱਤਾ ਜਾਵੇ, ਭਾਵੇਂ ਉਹਦੇ ਵਾਸਤੇ ਆਲਟਰਨੇਟਿਵ ਡਿਸਪਿਊਟ ਰੈਜ਼ੋਲੂਸ਼ਨ ਕਹਿੰਦੇ ਹਨ ADR, ਉਸ ਤਰ੍ਹਾਂ ਦੇ ਜਿਹੜੇ ਵਸੀਲੇ ਹਨ ਉਹ ਵੀ ਯੂਜ਼ ਕਰਨੇ ਪੈਣ। ਉਸ ਮਤੇ ਨੂੰ ਮੁੱਖ ਰੱਖਦੇ ਹੋਏ ਹੁਣ ਇੱਕ ਐਕਸਰਸਾਈਜ਼ ਚੱਲ ਰਹੀ ਹੈ ਕਿ ਇਹ ਕਾਨੂੰਨ ਤਰਮੀਮ ਕੀਤੀ ਜਾਵੇ, ਅਤੇ ਮੈਨੂੰ ਇਹ ਦੱਸਦਿਆਂ ਖੁਸ਼ੀ ਹੁੰਦੀ ਹੈ ਕਿ ਕੰਜ਼ਿਊਮਰ ਪ੍ਰੋਟੈਕਸ਼ਨ ਬਿੱਲ 2018 ਪਹਿਲਾਂ ਹੀ ਪਿਛਲੀ ਲੋਕ ਸਭਾ ਨੇ ਪਾਸ ਕਰ ਦਿੱਤਾ ਸੀ, ਹੁਣ ਆ ਨਵੀਂ ਸਰਕਾਰ ਆਉਣ ਤੋਂ ਬਾਅਦ ਇਹ ਸੰਭਾਵਨਾ ਹੈ ਕਿ ਇਹ ਨਵਾਂ ਬਿੱਲ ਜਲਦੀ ਹੀ ਪਾਰਲੀਮੈਂਟ ਵੱਲੋਂ ਪਾਸ ਕਰਕੇ ਅਤੇ ਨਵਾਂ ਬਿੱਲ ਲਾਗੂ ਹੋ ਜਾਵੇਗਾ। ਸਰ, ਜਦੋਂ ਕਿਸੇ ਉਪਭੋਗਤਾ ਦੇ ਨਾਲ ਕੋਈ ਧੋਖਾ ਹੋ ਜਾਂਦਾ ਆ, ਉਸ ਨੂੰ ਉਸ ਚੀਜ਼ ਦੀ ਕੀਮਤ ਪ੍ਰੋਪਰ ਨਹੀਂ ਮਿਲਦੀ, ਅਤੇ ਫਿਰ ਉਹ ਉਸਦੀ ਰਿਕਵਰੀ ਜਿਹੜੀ ਹੈ ਉਹ ਕੋਰਟ ਕਰਦਾ ਹੈ ਜਾਂ ਜਿਸ ਮਾਰਕੀਟ ਤੋਂ, ਜਿਸ ਦੁਕਾਨ ਤੋਂ ਜਾਂ ਜਿਸ ਕੰਪਨੀ ਤੋਂ ਉਸਨੇ ਚੀਜ਼ ਖਰੀਦੀ ਹੈ ਜਾਂ ਉਸਦਾ ਮਾਲਕ ਕਰੇਗਾ? ਮੈਂ ਜਿਵੇਂ ਦੱਸਿਆ ਹੈ ਕਿ ਜਦੋਂ ਕੋਈ ਕੰਜ਼ਿਊਮਰ ਜੀ ਕੰਜ਼ਿਊਮਰ ਕੋਰਟ ਨੂੰ ਅਪਰੋਚ ਕਰਦਾ ਹੈ ਜੀ, ਅਤੇ ਸੁਣਵਾਈ ਹੋਣ ਤੋਂ ਬਾਅਦ ਜਦੋਂ ਇੱਕ ਫਾਈਨਲ ਫੈਸਲਾ ਹੋ ਜਾਂਦਾ ਹੈ ਜੀ, ਤਾਂ ਇਹ ਉਹਦੀ ਜ਼ਿੰਮੇਵਾਰੀ ਬਣਦੀ ਹੈ ਜਿਹੜਾ ਸਰਵਿਸ ਪ੍ਰੋਵਾਈਡਰ ਦੀ ਜੀ, ਅਤੇ ਜਿਸ ਤੋਂ ਉਹ ਮਾਲ ਖਰੀਦਿਆ ਗਿਆ ਹੈ, ਕਿ ਉਸਦੀ ਪਾਲਣਾ ਕਰੇ ਜੀ। ਪਰ ਜੇ ਉਹ ਪਾਲਣਾ ਨਹੀਂ ਕਰਦਾ ਜੀ, ਤਾਂ ਇਹ ਐਕਟ ਵਿੱਚ ਹੀ ਲਿਖਿਆ ਹੋਇਆ ਹੈ ਕਿ ਉਸ ਨੂੰ ਨੋਟਿਸ ਦੇ ਕੇ ਉਹਦੇ ਅਗੇਂਸਟ ਰਿਕਵਰੀ ਦੀਆਂ ਪ੍ਰੋਸੀਡਿੰਗਸ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ ਜੀ, ਔਰ ਕੁਝ ਕੇਸਾਂ ਵਿੱਚ ਜਿੱਥੇ ਲੋੜ ਹੋਵੇ ਉਹ ਕ੍ਰਿਮੀਨਲ ਕਾਰਵਾਈ ਕਰਕੇ ਜੀ 3 ਸਾਲ ਤੱਕ ਦੀ ਸਜ਼ਾ ਵੀ ਉਸ ਨੂੰ ਦਿੱਤੀ ਜਾ ਸਕਦੀ ਹੈ ਜੀ। ਅਤੇ ਇਹਦੇ ਵਿੱਚ ਕੋਈ ਫਿਜ਼ੀਕਲੀ ਪਨਿਸ਼ਮੈਂਟ ਦੀ ਗੱਲ ਤਾਂ ਨਹੀਂ ਹੁੰਦੀ, ਸਿਰਫ 3 ਸਾਲ ਤੱਕ ਦੀ ਜੇਲ੍ਹ ਹੀ ਹੁੰਦੀ ਹੈ? 3 ਸਾਲ ਦੀ ਸਜ਼ਾ ਜਿਵੇਂ ਕ੍ਰਿਮੀਨਲ ਪ੍ਰੋਸੀਡਿੰਗਸ ਦੀ ਗੱਲ ਹੈ ਜੀ, ਤਾਂ ਕਈ ਵਾਰੀ ਕਈ ਲੋਕ ਨਹੀਂ ਅਗਰ ਆਰਡਰ ਨੂੰ ਮੰਨਦੇ ਜੀ ਤਾਂ ਫਿਰ ਉਹਨਾਂ ਨੂੰ ਜੇਲ੍ਹ ਵਿੱਚ ਵੀ ਭੇਜਣਾ ਪੈਂਦਾ ਹੈ ਜੀ। ਅਤੇ ਜਿਸ ਰਿਕਵਰੀ ਦੀ ਗੱਲ ਕੀਤੀ ਅਸੀਂ ਕਿ ਜਿੰਨੇ ਦੀ ਉਸਨੇ ਚੀਜ਼ ਖਰੀਦੀ ਸੀ ਕਿ ਉਨਾ ਹੀ ਮਿਲਦਾ ਜਾਂ ਉਸ ਦਾ ਡਬਲ ਜਾਂ ਟ੍ਰਿਪਲ ਪੇ ਕਰਨਾ ਪੈਂਦਾ ਹੈ? ਇਹ ਕੋਰਟ ਨੇ ਫੈਸਲਾ ਕਰਨਾ ਹੁੰਦਾ ਹੈ ਜੀ, ਕਿ ਦੋਨੇ ਧਿਰਾਂ ਨੂੰ ਸੁਣ ਕੇ ਜੀ ਕਿ ਇੱਕ ਤਾਂ ਗੁੱਡਸ ਦੀ ਕੀਮਤ ਹੋ ਗਈ ਜੀ, ਇੱਕ ਜਾਂ ਸਰਵਿਸ ਜੋ ਤੁਸੀਂ ਲਈ ਹੈ ਉਹਦੀ ਕੀਮਤ ਹੋ ਗਈ ਜੀ, ਫਿਰ ਉਸ ਦੇ ਨਾਲ ਉਹਨੂੰ ਕਿੰਨਾ ਨੁਕਸਾਨ ਹੋਇਆ ਹੈ ਜੀ। ਮੰਨ ਲਓ ਇੱਕ ਪੇਸ਼ੈਂਟ ਹੋਵੇ ਹਸਪਤਾਲ ਦਾ ਜੀ, ਉਹਦੇ ਕਿਸੇ ਗਲਤ ਐਕਸ਼ਨ ਦੇ ਨਾਲ, ਕਿਸੇ ਗਲਤ ਪ੍ਰੋਸੀਜਰ ਦੇ ਨਾਲ ਜੀ ਜੀ ਉਹਨੂੰ ਲੌਂਗ ਟਰਮ ਡਿਫੈਕਟ ਹੋ ਜਾਏ, ਡਿਸੇਬਿਲਿਟੀ ਹੋ ਜਾਏ, ਬਿਲਕੁਲ, ਤਾਂ ਕੋਰਟ 'ਚ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਆਪਣਾ ਅਵਾਰਡ ਪਾਸ ਕਰਦੀਆਂ ਜੀ। ਆਮ ਤੌਰ 'ਤੇ ਕਈ ਵਾਰ ਇਹ ਸੁਣਨ ਦੇ ਵਿੱਚ ਆਇਆ ਕਿ ਕਈ ਹਸਪਤਾਲਾਂ ਦੇ ਵਿੱਚ, ਚਾਹੇ ਸਰਕਾਰੀ ਹੋਏ ਚਾਹੇ ਪ੍ਰਾਈਵੇਟ ਹੋਣ, ਕਈ ਵਾਰ ਇਲਾਜ ਦੇ ਵਿੱਚ ਕਈ
कमियां पाईयां जांदियां ने, कई बार तो पेशेंट की मौत तक हो जाती है उस दे विच जेकर कोई डॉक्टर की लापरवाही हो जाती है, तो फिर जिस केस दे विच किसी पेशेंट की मौत हो जाती है तो उस दे लई कोर्ट दे विच की फैसिलिटी है, कोर्ट उस दे लई किवें की इंसाफ करता है? देखो जिहड़े मैडिकल नैगलीजेंस दे केसिस हन जी, इस बारे बहुत वड्डी लंबी चौड़ी बहस इस सारे दुनिया दे विच ही जी पहला यूनाइटेड किंगडम आस्ट्रेलिया यूएसए उहदे विच चलदी रही है। साडे मुल्क विच भी पहला ये धारणा सी कि कंज्यूमर प्रोटेक्शन एक्ट ये मैडिकल सर्विसेज ते लागू नहीं हुंदा, पर 1996 दे विच मानयोग सुप्रीम कोर्ट ने एक फैसला किया, उन्होंने वी पी शांता केस कहते हैं, उसके उन्होंने कहा है कि जिहड़ियां हेल्थ सर्विसेज ने उत्ते भी कंज्यूमर प्रोटेक्शन एक्ट लागू हुंदा है जी। पर जे तुसी मैनूं पुछो, मैं जे एक लाइन च गल दसनी होवे जी जी, तो सिर्फ इन्नी गल है कि जिहड़ा भी डॉक्टर है जी जां मैडिकल इंस्टीट्यूशन है जी, उन्होंने किसी रेकोगनाइज्ड मैडिकल प्रैक्टिस दे अनुसार काम किया है या नहीं जी जी। हुण जिथों तक रिजल्ट का संबंध है जी, किसी की मौत हो जाती है या किसी का कोई एडवर्स रिजल्ट आता है जी, रिजल्ट इन्ना अहमियत नहीं हो सकता जी, पर यह देखना जरूरी है कि भी मरीज़ नूं ठीक तरीके दे नाल, ठीक प्रथा दे नाल, ठीक रेकोगनाइज्ड मैडिकल प्रैक्टिस मैं कहना जी जी, उस दे नाल अटेंड किया गया या नहीं किया गया जी। सर एक असीं अपना वर्ल्ड कंज्यूमर डे मनाते हैं, वर्ल्ड कंज्यूमर डे दिन कोई इस गल नूं ध्यान विच रख्या जांदा है कि किन्नी क हद तक इस दे विच किसी उपभोक्ता की सुनवाई हुई है, जां किन्ने क केस जिहड़े ने ओह हैंडल किए गए ने, जां कह दईए कि सही साबित होए ने? हर साल यह दिन मनाया जांदा है जी, हर साल पब्लिक दे नुमाइंदे जी NGOs दे नुमाइंदे जी वो जरूर बुलाए जांदे हन जी, और मैं दसना चाहुंदा हर चीज़ का लेखा जोखा उत्थे कीता जांदा है जी। जे कोटा की वर्किंग दे विच किसी तरह की कमी है जी उहदे बारे भी बहस की जाती जी जी, यह भी कहा जाता है कि कोई जल्दी फैसला करन दे वसीले जिहड़े हन वह अपनाए जान जी, पर मुख मंतव इहदा यह है कि असी आम जनता दे विच एक अवेयरनैस पैदा करिए कि तुसी आ जिहड़ी मकैनिज़म जिहड़ी मैं दसी है जी जी, इसका वध तो वध फायदा उठाओ जी। तो इस दा फायदा आम लोग किवें उठा सकते ने? एक तो हो गया कि साडे कोल पढ़े लिखे लोग ने, उन्होंने अपने राइट्स के बारे जानकारी है, उन्होंने थोड़ा पता लग जाता है कि किवें असी किसी वकील तक पहुँचना है तो किवें अपना केस दर्ज करवाना, वकील अगे तो अगे दस देगा। जिहड़े लोग थोड़े घट पढ़े लिखे ने वह किस तरह अपने लिए इंसाफ प्राप्त कर सकते हैं? तुसी जिहड़ा सवाल मैंने पहला पूछा कि की एक वकील दियां सर्विसेज हायर करना जी की यह लाजमी है जी, तो वह ठीक है, असी रेजोल्यूशन असी बनाते जी रेगुलेशन के जी, भी वह वकील दियां सर्विसेज हायर करना जरूरी नहीं है जी, पर मैनू इत्थे ये दसन दे विच कोई संकोच नहीं है जी जी, कि जदों मैं नैशनल कोर्ट च बैठ के जदों मैं हेठ वाले कोर्टा की कारगुजारी ते मैं निगाह मारना हाँ, उहदे बहुत सारे कारण हैं, कई जगह ते इंफ्रास्ट्रक्चर नहीं है जी, पर बहुत सारे केस ऐसे हैं जिथे केस के निपटारे वास्ते बहुत लंबा समा लग जाता जी जी, बहुत सारे केस ऐसे हैं जिथे कोई बहुत छोटी रकम इनवॉल्व होंदी जी। हुण तुसी एक मान लो छोटा जिहा एक सूटकेस खरीदा बिल्कुल, वो खराब निकल गया जी, वो बहुत छोटी रकम है, जे हुण तुसी वकील की फीस देनी होवे जी तां वो सारा उहदा काम बेमाने हो जाता है बिल्कुल। तो मैनू ये दसन विच मैनू खुशी हुंदी है कि मैं सन 2005 दे विच जी जदों मैं पंजाब दे विच नौकरी करदा सी जी, तो मैं ये सुझाव दिता सी कि जिहड़े छोटे छोटे केस हन जी इहनां वास्ते कोई स्पीडी मकैनिज़म वो होनी चाहिए है जी, कि जिवें UNO ने हुण मता पास किया है ऑल्टरनेटिव डिस्प्यूट रेजोल्यूशन जी, हम ये लोक अदालतां आउंदियां हन, ये मीडिएशन आउंदी है, कंसीलिएशन आउंदी है, कानून सारा बनिया होया है, साढ़े लीगल सर्विसिज अथॉरिटीज एक्ट है, साढ़े सिविल प्रोसीजर कोड के सैक्शन 89 2002 तो आई सी जी। सो ये लोक अदालतों का जो ढांचा है ये पब्लिक के नुमाइंदे भी नाल बैठते हैं जी, सो इन्हां नूं इनवॉल्व करके असी यकीनी बनाइए कि भी आम जनता नूं छेती इंसाफ दिता जाए, घट कीमत पर इंसाफ दिता जाए और उन्हां दी हकरसी जिहड़ी है जल्दी तो जल्दी कराई जाए जी। खाद पदार्थों के सेफ्टी होवे,
ਇਹਦੇ ਵਾਸਤੇ ਕੀ ਖਿਆਲ ਰੱਖਿਆ ਜਾਂਦਾ ਹੈ, ਕੀ ਇਹਦੇ ਪੈਰਾਮੀਟਰਸ ਬਣਾਏ ਗਏ ਨੇ ਗਵਰਨਮੈਂਟ ਦੇ ਵੱਲੋਂ? ਇਹਦੇ ਵਿੱਚ ਕੇਂਦਰ ਸਰਕਾਰ ਨੇ ਜਿਹੜੀ ਫੂਡ ਸਿਕਿਉਰਿਟੀ ਆਫ ਇੰਡੀਆ FSSAI ਤੁਸੀਂ ਦੇਖਿਆ ਹੋਵੇਗਾ, ਲੇਬਲ ਲੱਗੇ ਹੁੰਦੇ ਹਨ ਜੀ ਜੀ, ਤੋ ਇੱਕ ਵੱਖਰੀ ਏਜੰਸੀ ਜਿਹੜੀ ਹੈ ਜੀ ਉਹ ਹੈਲਥ ਡਿਪਾਰਟਮੈਂਟ ਦੇ ਅੰਡਰ ਸੈਟਅਪ ਕੀਤੀ ਸੀ ਜੀ। ਮੈਨੂੰ ਯਾਦ ਹੈ ਇਹਦਾ ਬਹੁਤ ਸਾਰਾ ਹਿੱਸਾ ਪਹਿਲਾਂ ਜਦੋਂ ਮੈਂ ਫੂਡ ਸੈਕਟਰੀ ਸੀ ਗਵਰਨਮੈਂਟ ਆਫ ਇੰਡੀਆ 'ਚ ਜੀ, ਫੂਡ ਡਿਪਾਰਟਮੈਂਟ ਕੋਲ ਹੁੰਦਾ ਸੀ ਜੀ, ਪਰ ਉਸ ਤੋਂ ਬਾਅਦ ਇਹ ਸੰਸਥਾ ਬਣਾ ਕੇ, ਤੋ ਇਹ ਬੜੀ ਉੱਚ ਅਧਿਕਾਰਿਤ ਸੰਸਥਾ ਹੈ ਜੀ, ਸੋ ਇਹਦਾ ਫਰਜ਼ ਬਣਦਾ ਹੈ ਜੀ ਕਿ ਇਹ ਯਕੀਨੀ ਬਣਾਉਣਾ ਕਿ ਖਾਦ ਪਦਾਰਥ ਜਿਹੜੇ ਹਨ ਜੀ ਉਹਨਾਂ ਦੀ ਕੁਆਲਿਟੀ ਠੀਕ ਹੋਣੀ ਚਾਹੀਦੀ ਹੈ ਜੀ, ਔਰ ਜੇ ਨਾ ਹੋਵੇ ਤਾਂ ਇਹਨਾਂ ਨੂੰ ਐਕਸ਼ਨ ਲੈਣ ਦਾ ਵੀ ਅਧਿਕਾਰ ਹੈ ਜੀ। ਪਰ ਇੱਕ ਕੰਜ਼ੂਮਰ ਹੈ ਜਿਹੜਾ ਜੀ, ਜੇ ਉਸ ਨੂੰ ਵੀ ਇਹ ਲੱਗਦਾ ਹੈ ਕਿ ਜੋ ਕੁਝ ਇੱਕ ਡਿਕਲੇਅਰ ਕੀਤਾ ਗਿਆ ਹੈ, ਇੱਕ ਰੈਪਰ ਦੇ ਉੱਤੇ ਲਿਖਿਆ ਹੋਇਆ ਹੈਗਾ, ਅਗਰ ਉਸ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਤਾਂ ਉਹ ਵੀ ਆਪਣੇ ਕੰਜ਼ੂਮਰ ਕੋਰਟ 'ਚ ਆ ਸਕਦੇ ਹਨ, ਕੰਜ਼ੂਮਰ ਕੋਰਟ ਦਾ ਫਰਜ਼ ਹੈ ਉਹ 'ਤੇ ਕਾਰਵਾਈ ਕਰੇਗਾ ਜੀ। ਸਰ, ਜਦੋਂ ਕੋਈ ਉਪਭੋਗਤਾ ਕੋਈ ਵਸਤ ਖਰੀਦਦਾ ਤਦ ਉਹਦੀ ਕੀ ਜ਼ਿੰਮੇਵਾਰੀ ਬਣ ਜਾਂਦੀ ਹੈ ਕੋਈ ਚੀਜ਼ ਨੂੰ ਪਰਚੇਸ ਕਰਨ ਵੇਲੇ, ਉਸਨੇ ਕਿਹੜੀ ਗੱਲ ਦਾ ਖਿਆਲ ਰੱਖਣਾ ਹੁੰਦਾ? ਮੈਂ ਇੱਥੇ ਜ਼ਰੂਰ ਦੱਸਣਾ ਚਾਹਾਂਗਾ, ਕਈ ਵਾਰੀ ਇਹ ਕੇਸ ਫੇਲ ਹੋ ਜਾਂਦੇ ਨੇ ਜੀ ਕਿ ਕੋਈ ਪ੍ਰੋਪਰ ਡਾਕੂਮੈਂਟ ਨਹੀਂ ਹੁੰਦਾ ਜੀ। ਜਦੋਂ ਪੁੱਛਿਆ ਜਾਂਦਾ ਹੈ ਜੀ ਕਿ ਹਾਂਜੀ ਆਹ ਕੋਕਾ ਕੋਲਾ ਦੀ ਬੋਟਲ ਹੈ ਜੀ ਜੀ, ਹਾਂ ਇਹ ਤੁਸੀਂ ਖਰੀਦੀ ਸੀ ਜੀ, ਅਤੇ ਉਹ ਦੁਕਾਨਦਾਰ ਕਹਿੰਦਾ ਮੇਰੇ ਤੋਂ ਤਾਂ ਖਰੀਦੀ ਨਹੀਂ ਜੀ, ਤਾਂ ਕੋਈ ਨਾ ਕੋਈ ਡਾਕੂਮੈਂਟ ਕਿਸੇ ਤਰ੍ਹਾਂ ਦੀ ਐਵੀਡੈਂਸ ਜੀ, ਹੁਣ ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ ਜਦੋਂ ਲੀਗਲ ਪ੍ਰੋਸੀਡਿੰਗ ਜਿਹੜੀਆਂ ਨੇ ਜੀ, ਹੁਣ ਇੱਕ ਐਵੀਡੈਂਸ ਦਾ ਹੋਣਾ ਇਹ ਬਹੁਤ ਜ਼ਰੂਰੀ ਹੁੰਦਾ ਹੈ, ਬਿਲਕੁਲ, ਜੇ ਉਹ ਨਾ ਹੋਵੇ ਤਾਂ ਫਿਰ ਅਸੀਂ ਕਿਸੇ ਨੂੰ ਪੈਨਲਾਈਜ਼ ਕਰਨਾ ਕੋਰਟ ਵਾਸਤੇ ਇੱਕ ਮੁਸ਼ਕਲ ਹੋ ਜਾਂਦਾ। ਅਸੀਂ ਇਹ ਜਾਣਨਾ ਚਾਹਾਂਗੇ ਤੁਹਾਡੇ ਤੋਂ ਕਿ ਇੱਕ ਉਪਭੋਗਤਾ ਅਸੀਂ ਕੰਜ਼ਿਊਮਰ ਕਹਿ ਕੇ ਨੂੰ ਸਕਦੇ ਹਾਂ, ਬਿਕੋਜ਼ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਕਿ ਕਿਸੇ ਮਾਰਕੀਟ ਦੇ ਵਿੱਚ ਕਿਸੇ ਕੰਪਨੀ ਤੋਂ ਕੋਈ ਵਸਤ ਖਰੀਦ ਲੈਣੀ ਤਾਂ ਉਹ ਹੀ ਉਪਭੋਗਤਾ ਹੈ, ਜਾਂ ਜਦੋਂ ਅਸੀਂ ਕਿਸੇ ਮੰਨ ਲਓ ਕਿ ਕਿਤੇ ਪਲਾਟ ਪਿਆ ਕਿਸੇ ਵਿਅਕਤੀ ਦੇ ਕੋਲ, ਉਹ ਉਸਨੂੰ ਅੱਗੇ ਵੇਚਣਾ ਚਾਹੁੰਦਾ ਅਤੇ ਉਸ ਤੋਂ ਖਰੀਦਣ ਵਾਲਾ ਵੀ ਉਸਦਾ ਉਪਭੋਗਤਾ ਬਣਦਾ, ਜੇ ਉਹਦੇ ਨਾਲ ਕੋਈ ਧੋਖਾ ਹੁੰਦਾ ਤਾਂ ਉਹ ਉਸ ਵਿਅਕਤੀ ਦੇ ਥਰੂ ਕੇਸ ਦਰਜ ਕਰਵਾਏਗਾ ਜਾਂ ਕੋਰਟ ਦੇ ਥਰੂ? ਦੇਖੋ, ਕੰਜ਼ਿਊਮਰ ਦੀ ਪਰਿਭਾਸ਼ਾ ਜਿਹੜੀ ਹੈ ਉਹ ਬੜੇ ਸੁਚੱਜੇ ਢੰਗ ਦੇ ਨਾਲ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਵਿੱਚ ਲਿਖੀ ਗਈ ਹੈ ਜੀ। ਬੇਸਿਕ ਜਿਹੜੀ ਗੱਲ ਹੈ ਕਿ ਇੱਕ ਸਰਵਿਸ ਪ੍ਰੋਵਾਈਡਰ ਜਿਹੜਾ ਹੈ ਜੀ ਉਹ ਹੁੰਦਾ ਹੈ, ਮੰਨ ਲਓ ਤੁਸੀਂ ਪਲਾਟ ਖਰੀਦਣਾ ਹੈ ਜੀ, ਤੁਸੀਂ ਮਕਾਨ ਖਰੀਦਣਾ ਹੈ ਜੀ, ਹੁਣ ਜੇ ਤੁਸੀਂ ਇੱਕ ਪ੍ਰਾਈਵੇਟ ਬੰਦੇ ਤੋਂ ਖਰੀਦਦੇ ਹੋ, ਕੋਈ ਕੋਈ ਆਪਸ ਦੇ ਵਿੱਚ ਦੋ ਵਿਅਕਤੀਆਂ ਦਾ ਆਪਸ ਦੇ ਵਿੱਚ ਕੋਈ ਇਕਰਾਰਨਾਮਾ ਹੁੰਦਾ ਹੈ, ਉਹ ਕੰਜ਼ਿਊਮਰ ਦੀ ਪਰਿਭਾਸ਼ਾ 'ਚ ਨਹੀਂ ਆਉਂਦਾ ਜੀ। ਪਰ ਜੇ ਹੁਣ ਤੁਸੀਂ ਕਿਸੇ ਇੱਕ ਰੈਕੋਗਨਾਈਜ਼ਡ ਏਜੰਸੀ ਭਾਵੇਂ ਸਰਕਾਰੀ ਹੋਵੇ ਪ੍ਰਾਈਵੇਟ ਹੋਵੇ ਜੀ, ਜਿਸ ਤਰ੍ਹਾਂ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਹੈ ਜੀ, ਜਾਂ ਕੋਈ ਬਿਲਡਰਸ ਨੇ, ਜੇ ਤੁਸੀਂ ਉਹਨਾਂ ਤੋਂ ਖਰੀਦਦੇ ਹੋ ਜੀ ਤਾਂ ਉਹ ਸਰਵਿਸ ਪ੍ਰੋਵਾਈਡਰ ਦੀ ਭਾਸ਼ਾ 'ਚ ਆਉਂਦੇ ਹਨ ਜੀ, ਤਾਂ ਫਿਰ ਤੁਸੀਂ ਕੰਜ਼ਿਊਮਰ ਬਣਦੇ ਹੋ ਜੀ। ਨਾਲ ਇਹ ਵੀ ਲਿਖਿਆ ਗਿਆ ਹੈ ਕਿ ਜੇ ਤੁਹਾਡਾ ਕੰਮ ਤੁਸੀਂ ਰੈਗੂਲਰ ਤੌਰ 'ਤੇ ਇੱਕ ਪ੍ਰੋਫਿਟ ਕਮਾਉਣ ਵਾਸਤੇ ਤਾਂ ਤੁਸੀਂ ਉਹ ਚੀਜ਼ ਕੋਈ ਖਰੀਦਦੇ ਹੋ ਤਾਂ ਹਰ ਵਕਤ, ਮੰਨ ਲਓ ਤੁਸੀਂ ਸ਼ੇਅਰ ਖਰੀਦਦੇ ਹੋ ਤਾਂ ਹਰ ਵਕਤ ਤੁਸੀਂ ਇਹਦਾ ਖਰੀਦਣ ਫਰੋਖਣ ਦਾ ਕੰਮ ਕਰਦੇ ਰਹਿੰਦੇ ਹੋ ਜੀ, ਜਾਂ ਤੁਸੀਂ ਇੱਕ ਬਿਲਡਰ ਤੋਂ 4 ਪਲਾਟ ਖਰੀਦ ਲਏ ਜੀ, ਫਿਰ ਅੱਗੇ ਵੇਚ ਦਿੱਤੇ ਜੀ, ਤਾਂ ਤੁਸੀਂ ਇਸ ਤਰ੍ਹਾਂ ਦਾ ਕੰਮ ਕਰਦੇ ਹੋ ਜੀ, ਫਿਰ ਤੁਸੀਂ ਕੰਜ਼ਿਊਮਰ ਦੀ ਪਰਿਭਾਸ਼ਾ ਦੇ ਵਿੱਚ ਨਹੀਂ ਆਉਂਦੇ। ਮੋਟੀ ਗੱਲ ਇਹ ਹੈ ਕਿ ਜੇ ਤੁਸੀਂ ਆਪਣੇ ਵਾਸਤੇ ਕੋਈ ਚੀਜ਼ ਖਰੀਦੀ ਹੈ, ਆਪਣੇ ਪਰਿਵਾਰ ਵਾਸਤੇ, ਆਪਣੇ ਵਾਸਤੇ, ਤੁਸੀਂ ਆਪ ਹੀ ਉਹਦਾ ਇਸਤੇਮਾਲ ਕਰਨਾ ਹੈ ਜੀ, ਫਿਰ ਤੁਸੀਂ ਕੰਜ਼ਿਊਮਰ ਦੀ ਪਰਿਭਾਸ਼ਾ 'ਚ ਆਉਂਦੇ ਹੋ ਜੀ। ਜੇ ਤੁਸੀਂ ਕਮਰਸ਼ੀਅਲ ਪਰਪਸ ਵਾਸਤੇ ਕੋਈ ਚੀਜ਼ ਖਰੀਦਦੇ ਹੋ ਜੀ, ਜਾਂ ਸਰਵਿਸ ਅਵੇਲ ਕਰਦੇ ਹੋ ਜੀ, ਫਿਰ ਕੰਜ਼ਿਊਮਰ ਦੀ ਪਰਿਭਾਸ਼ਾ ਦੇ ਵਿੱਚ ਨਹੀਂ ਆਉਂਦੇ ਜੀ। ਬਹੁਤ ਸਾਰੇ ਜਿਹੜੀਆਂ ਸਾਡੀਆਂ ਸਿੱਖਿਅਕ ਸੰਸਥਾਵਾਂ ਨੇ, ਸਕੂਲਾਂ ਦੀ ਹੀ ਗੱਲ ਕਰ ਲਈਏ, ਪ੍ਰਾਈਵੇਟ ਸਕੂਲਸ ਬਹੁਤ ਖੁੱਲ੍ਹੇ ਹੋਏ ਨੇ, ਉਹਨਾਂ ਦੇ ਵਿੱਚ ਫੀਸ ਦੇ ਨਾਲ ਨਾਲ ਇਹ ਚੱਲ ਪਿਆ ਕਿ ਡਰੈਸਾਂ ਵੀ ਸਕੂਲ ਤੋਂ ਲਈਆਂ ਜਾਣ, ਕਾਪੀਆਂ ਵੀ ਸਕੂਲ ਤੋਂ ਹੋਣ, ਕਿਤਾਬਾਂ ਵੀ ਸਕੂਲ ਤੋਂ ਹੋਣ, ਔਰ ਉਹਨਾਂ ਦੀ ਜਿਹੜੀ ਕੀਮਤ ਹੈ ਉਹ ਸਟੂਡੈਂਟਸ ਤੋਂ ਬਾਕੀ ਦੀਆਂ ਮਾਰਕੀਟ ਦੀ ਬਜਾਏ ਜ਼ਿਆਦਾ ਵਸੂਲੀ ਜਾਂਦੀ ਹੈ। ਕੀ ਉਸ ਵੇਲੇ ਉਹ ਸਟੂਡੈਂਟ ਜਿਹੜੇ ਨੇ ਉਹਨਾਂ ਦੇ ਕੰਜ਼ਿਊਮਰ ਬਣ ਜਾਂਦੇ ਨੇ? ਮੇਰਾ ਵਿਚਾਰ ਇਹ ਹੈ, ਇਹ ਮੇਰਾ ਆਪਣਾ ਨਿੱਜੀ ਵਿਚਾਰ ਹੈ ਜੀ, ਕਿ ਅਜਿਹੇ ਕੇਸਾਂ ਦੇ ਵਿੱਚ ਜੀ ਜੇ ਕੋਈ ਕੋਰਟ ਦਾ ਦਰਵਾਜ਼ਾ ਖਟਖਟਾਉਂਦਾ ਹੈ ਜੀ, ਕੋਈ ਆ ਕੇ ਕਹਿੰਦਾ ਹੈ ਕਿ ਇੱਦਾਂ ਦੀ ਚੀਜ਼ ਮਾਰਕੀਟ ਦੇ ਵਿੱਚ ਤਾਂ ਮੰਨ ਲਓ 100 ਰੁਪਏ ਦੀ ਮਿਲਦੀ ਹੈ ਜੀ, ਪਰ ਇੱਥੇ ਆ ਸਕੂਲ ਨੇ ਜਿਸ ਦੇ ਨਾਲ ਐਗਰੀਮੈਂਟ ਕੀਤਾ ਹੋਇਆ ਜੀ, ਉੱਥੇ ਉਹੀ ਚੀਜ਼ 200 ਰੁਪਏ ਦੀ ਮਿਲਦੀ ਹੈ ਜੀ, ਤਾਂ ਉਸ ਵਿਅਕਤੀ ਨੂੰ ਅਧਿਕਾਰ ਹੈ ਕਿ ਉਹ ਕੰਜ਼ਿਊਮਰ ਕੋਰਟ ਦਾ ਦਰਵਾਜ਼ਾ ਖਟਖਟਾਵੇ ਜੀ, ਔਰ ਉਸ ਤੋਂ ਬਾਅਦ ਉਹ ਦੂਸਰੀ ਪਾਰਟੀ ਨੂੰ ਨੋਟਿਸ ਦਿੱਤਾ ਜਾਵੇ ਜੀ, ਔਰ ਦੋਨਾਂ ਨੂੰ ਸੁਣ ਕੇ ਜੋ ਵੀ ਫੈਸਲਾ ਹੈ ਜੀ ਉਹ ਸਾਰੇ ਤੱਥਾਂ ਨੂੰ ਘੋਖ ਪੜਤਾਲ ਕਰਕੇ ਕਾਨੂੰਨ ਦੇ ਅਨੁਸਾਰ ਉਹ ਫੈਸਲਾ ਕੀਤਾ ਜਾਏਗਾ ਜੀ। ਅਤੇ ਜਿਹੜੇ ਅਸੀਂ ਕੰਪਨੀਆਂ ਦੇ ਮਾਰਕਸ ਆਈ ਦੇਖਦੇ ਹਾਂ, ਜਿਵੇਂ ਹੌਲ ਮਾਰਕ ਕਹਿ ਦਿੰਦੇ ਹਾਂ,
उस दी पछाण एक आम उपभोक्ता किवें कर सकदा, उसनू किवें पता लग सकदा कि ये चीज़ असली है जां नकली है? जिहड़ा डिपार्टमेंट है जिहड़ा हालमार्क नू डील करदा है जी, ब्यूरो ऑफ इंडियन स्टैंडर्ड्स BIS कहिंदे हन जी जी, तो उपभोक्ता नू ये हक है कि उन्होंने जिहड़े ऑफिसर सन जी उन्होंने नाल तालमेल किया जा सकता है जी, जे उन्होंने लगे कि फर्जी तौर के उत्ते हालमार्क लग्या होया है जी तो उन्होंने अप्रोच किया जा सकता है जी। इस तरह ही मान लो एक किसान है जी, उन्होंने बीज खरीदे किसी कंपनी तो जी, पर फसल वो ठीक तरह नहीं हुई बिल्कुल, तो वह किसान जिहड़ा एग्रीकल्चर डिपार्टमेंट नूं अप्रोच कर सकता जी, फिर उन्होंने कोई टैक्नीकल रिपोर्ट के आधार के उत्ते जी वो कंज्यूमर कोर्ट च केस चल कर सकता है जी। पर कंज्यूमर कोर्ट कार्रवाई उदों ही करेगा जदों किसी कोई रेकोगनाइज्ड अथॉरिटी कोई टैक्नीकल ओपीनियन उस तो यह गल साबित हो जाए कि जो उपभोक्ता है वो गल ठीक है तो सर्विस प्रोवाइडर ने कोई गड़बड़ की है जी, तो फिर ये इंसाफ का तकाजा यही है कि दोनों पार्टियां सुन के ही फैसला करना जी। सर बहुत ही साड़ी जिहड़ी भारत की जनसंख्या ना वो पिंडां दे विच रह रही है, तो पिंडां दे विच लोग जाते हैं बाजार कई वस्तां खरीद लिया ने, जिवें सोना ही हो गया ज्वेलरी हो गई, जदों सोना खरीदते ने तद उस दी सही पहचान के ये सही है जां किन्ने कैरट नूं शुद्ध मन्निया जांदा कि ये सही सोना, तो इस दे बारे जेकर उहदे विच खराबी निकल जाती है वह नहीं होता तो फिर कि वह कंज्यूमर कोर्ट के विच जाणगे जां उस सुनियारे दे नाल ही तालुकात करन। थोड़ी गल ठीक है, तुसीं सोने की गल की है जी, तो जो शहरां दे विच भी जो इस तरह की गल आउंदी है जी तो कई बार ये लगता है कि आ जो भी चीज़ सप्लाई की जा रही है जी वो ठीक नहीं है जी, पर जिवें मैं पहला दस्या है जी कि जदों भी कोई इस तरह का शक पैदा है जी कंज्यूमर कोर्ट च जाण तो पहला जी ये जरूरी है कि तुसी किसे ना किसे तरह की कोई टैक्नीकल ओपीनियन या कोई अथोराइज्ड ओपीनियन या किसी तो कोई टैसट करवा के या कोई लैबोरटरियां बनिया हुई हैं तो उन्हां तो टैसट करवा के थोड़े कोई आधार होना चाहिए है जी, कि जो तुसी किसे दे उते कोई एलीगेशन वो लवाते हो तो वह फिर ही केस किया जा सकता है जी। पर इहदे नाल ही जे फर्ज कर लो कोई अनपढ़ आदमी है कोई गरीब आदमी है वो नहीं कर सकता तो वह कोर्ट नूं बेनती करे कि जी आ मैनूं इस तरह लगता है तो कोर्ट उहदी गल विचार जरूर करेगा और कोर्ट अगर अपनी समझ दे विचे समझे कि आ किसी सोर्स तो किसी लैबोरेटरी तो टैसट कराने की लोड़ है तो कोर्ट भी ऑर्डर कर सकता है जो तो टैसट कराया जाए और उस रिपोर्ट के आधार पर फिर अगली कार्रवाई कंज्यूमर की हक रसी वास्ते की जाएगी। दोस्तों जदों भी साडे नाल कोई बेइंसाफी हुंदी है समान खरीदण और वेचण नूं लै के और जिस दी असी भरपाई करनी हुंदी है रिकवरी करनी हुंदी है तो उस दे वास्ते साडे कोल अदालतां ने कोर्ट्स ने जिन्हां विच जाके असी इंसाफ मंग सकते हैं। सो इस दे बारे सानूं बहुत ही अच्छी जानकारी दित्ती है डॉक्टर BC गुप्ता जी ने। डॉक्टर BC गुप्ता जी तुहाडा साडे स्टूडियो दे विच आउण ते असी बहुत बहुत धन्नवाद करते हैं।